ਰਹਿਣ ਵਾਲਿਆਂ ਇਹ ਭਰਾ ਦੀ ਗਵਾਹੀ ਹੈ ਕਿ ਬਾਬਾ ਜੀ ਭਰਾ ਦੇ ਤੋਂ ਗਰਦਨ ਦੇ ਵਿੱਚ ਬਹੁਤ ਦਰਦ ਰਹਿੰਦੀ ਸੀ। ਪਿਛਲੇ ਹਫ਼ਤੇ ਬਾਬਾ ਜੀ ਭਰਾ ਪਹਿਲੀ ਵਾਰ ਹਮ ਜਾਜਤ ਦੇ ਵਿੱਚ ਆਏ ਔਰ ਬਾਬਾ ਜੀ ਨੇ ਇਸ ਦੇ ਉੱਤੇ ਰੁਮਾਲ ਲਗਾਇਆ, ਉਸ ਤੋਂ ਬਾਅਦ ਬਾਬਾ ਜੀ ਇਹਨਾਂ ਦੀ ਦਰਦ ਗਾਇਬ ਹੋ ਚੁੱਕੇ। ਇਸ ਗਵਾਹੀ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਕਿੱਦਾਂ ਦੀ ਦਰਦ ਸੀ ਭਰਾ ਜੀ, ਆਪਣਾ ਨਾਮ ਦੱਸੋ। ਨਵਜੋਤ ਸੀ। ਨੌਜਵਾਨ ਸੀ ਜੀ, ਕੀ ਦਰਦ ਸੀ, ਕਿੰਨੇ ਟਾਈਮ ਤੋਂ ਦਰਦ ਸੀ? ਇੱਕ ਮਹੀਨਾ। ਤੋਂ ਡਾਕਟਰ ਨੂੰ ਦਿਖਾਇਆ ਆਪਣੀ ਮੈਡੀਸਨ, ਲੇਕਿਨ ਤੁਹਾਨੂੰ ਲੱਗਦਾ ਸੀ ਦਰਦ ਹੈਗੀ? ਕਿਹੜੀ ਜਗ੍ਹਾ ਦੇ ਉੱਤੇ ਕਿ ਦਰਦ ਸੀ? ਪਿੱਛੇ। ਔਰ ਉਹਦੇ ਨਾਲ ਪ੍ਰੋਬਲਮ ਆ ਰਹੀ ਸੀ ਕੋਈ ਤੁਹਾਨੂੰ? ਹਾਂਜੀ, ਨਾਲ ਲਿਖ ਪਾਉਂਦਾ ਹੈ ਨਾ ਮੈਂ ਪੜ੍ਹ ਪਾਉਂਦਾ। ਓਕੇ, ਚੁੱਪ ਨਹੀਂ ਸੀ ਪਾਉਂਦੇ? ਨਹੀਂ। ਔਰ ਜਦੋਂ ਰੁਮਾਲ ਲੱਗਾ ਤੁਹਾਡੇ ਉੱਤੇ? ਹਾਂਜੀ, ਉਹ ਬਿਲਕੁਲ ਠੀਕ। ਉਸ ਤੋਂ ਬਾਅਦ ਬਿਲਕੁਲ ਠੀਕ? ਹਾਂਜੀ। ਹੁਣ ਇੱਕ ਹਫ਼ਤਾ ਆਪੇ ਆਪ ਨੂੰ ਚੈੱਕ ਕਰਕੇ ਆਏ ਹੋ? ਹਾਂਜੀ। ਕੋਈ ਦਰਦ ਨਹੀਂ? ਨਹੀਂ। ਕੋਈ ਜਕੜਨ ਨਹੀਂ? ਨਹੀਂ। ਔਰ ਆਪ ਲਿਖ ਪਾ ਰਹੇ ਹੋ, ਆਪ ਪੜ੍ਹ ਪਾ ਰਹੇ ਹੋ? ਹਾਂਜੀ। ਯੈਸ, ਯੋਰ ਦੇ ਨਾਲ ਇਸ ਗਵਾਹੀ ਦੇ ਲਈ ਪ੍ਰਭੂ ਦਾ ਧੰਨਵਾਦ।